ਮੰਡੀਆਂ ਦੇ ਵਿੱਚ ਬਾਰਦਾਨੇ ਦੀ ਘਾਟ ਨਾ ਆਉਣ ਦੇ ਜੋ ਸਰਕਾਰ ਦੇ ਵੱਲੋਂ ਆਏ ਦਿਨ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਉਹਨਾਂ ਦਾਅਵਿਆਂ ਦੀ ਸੱਚਾਈ ਤਰਨ ਤਾਰਨ ਅਧੀਨ ਆਉਂਦੀ ਦਾਣਾ ਮੰਡੀ ਖਾਲੜਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪਿਛਲੇ 6-7 ਦਿਨਾਂ ਤੋਂ ਕਿਸਾਨ ਆਪਣੀਆਂ ਫਸਲਾਂ ਦੀ ਰਾਖੀ ਬੈਠੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਬਾਰਦਾਨੇ ਦੀ ਘਾਟ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਦੀ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰ ਹੈ। ਉਹਨਾਂ ਦੱਸਿਆ ਕਿ 10 ਅਪ੍ਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਸੀ, ਉਸ ਸਮੇਂ ਤੋਂ ਹੀ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਘਾਟ ਹੋਣ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਲੇਬਰ ਵੀ ਵਿਹਲੀ ਬੈਠੀ ਹੈ। ਉਹਨਾਂ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਹੁਣ ਤੱਕ ਸਿਰਫ 30% ਕਣਕ ਦੀ ਖਰੀਦ ਹੋਈ ਹੈ, ਜਦੋਂ ਕਿ 70% ਕਣਕ ਦੀ ਖਰੀਦ ਹੋਣੀ ਹਾਲੇ ਵੀ ਬਾਕੀ ਹੈ। ਉੱਪਰੋਂ ਰੱਬ ਦੀ ਕਰੋਪੀ ਵੀ ਕਿਸਾਨਾਂ ਨੂੰ ਝੂਰਦੇ ਵਾਂਗ ਖਾਈ ਜਾ ਰਹੀ ਹੈ, ਜੋ ਕਿ ਕਿਸਾਨਾਂ ਦੀ ਕਣਕ ਮੀਂਹ ਪੈਣ ਕਾਰਨ ਮੰਡੀਆਂ ਦੇ ਵਿੱਚ ਗੱਲ ਸੜ ਰਹੀ ਹੈ। ਕਣਕ ਲੈ ਕੇ ਆਏ ਹਾਂ, ਕਣਕ ਸਾਡੀ ਮੀਂਹ ਦੇ ਵਿੱਚ ਭਿੱਜ ਗਈ, ਅਸੀਂ ਸੁਕਾਈ ਵੀ ਹੈਗੀ ਆ, ਇਹਦੇ ਬਾਵਜੂਦ ਵੀ ਸਾਨੂੰ ਸੁਕਾਉਣ ਦੇ ਬਾਵਜੂਦ ਵੀ ਕਹਿੰਦੇ ਬਾਰਦਾਨਾ ਨਹੀਂ ਹੈਗਾ, ਕਣਕ ਨਹੀਂ ਤੁੱਟ ਰਹੀ ਸਾਡੀ। ਨਹੀਂ ਜੀ, ਇਹ ਤਾਂ ਕਹਿੰਦੇ ਸਾਡੇ ਕੋਲ ਬਾਰਦਾਨਾ ਹੈ ਨਹੀਂ ਗਾ, ਵੇਖ ਲਓ ਤੁਸੀਂ ਇੱਧਰ ਸਾਰ ਸਪੇਰੇ ਮਾਰ ਕੇ ਕੈਮਰਾ ਵੀ ਕਿਤੇ ਵੀ ਕਣਕਾਂ ਉਤਰਾਂ ਹੀ ਗਿੱਲਰੀਆਂ ਪਈਆਂ ਅਜੇ ਕੋਈ। ਸਾਨੂੰ 6-7 ਦਿਨ ਹੋ ਗਏ ਸਾਨੂੰ ਬਾਰਦਾਨਾ ਨਹੀਂ ਮਿਲਣ ਡਿਆ, ਪਰੇਸ਼ਾਨ ਬੜੇ ਅਸੀਂ ਹਾਂ, ਇਸ ਕਰਕੇ ਘਰ ਦੇ ਸਾਡੇ ਨਾਲ ਲੜਨ ਲਏ ਗਏ, ਕਣਕ ਵੇਚਣ ਗਏ, ਉਹ ਝੋਨਾ ਵੇਚਣ ਗਏ ਤੁਸੀਂ, ਅਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿ ਸਾਨੂੰ ਛੇਤੀ ਛੇਤੀ ਬਾਰਦਾਨਾ ਦਿੱਤਾ ਜਾਵੇ ਅਤੇ ਸਾਡੀ ਕਣਕ ਤੁਲ ਜਾਵੇ। ਕਣਕ ਤਾਂ ਕੁਛ ਨਹੀਂ ਗਈ, ਕਣਕ ਤਾਂ 1-2 ਦਿਨ ਖਰਾਬ ਹੋਈ, ਕਣਕ ਸਭ ਸਿੱਧੀ ਹੋ ਗਈ ਆ, ਕਣਕ ਦੇ ਸੁਕਾ ਸੁੱਕ ਗਈ ਸਾਰੇ ਦੀ, ਆਹ ਵੀ ਬੰਦੇ ਸਾਡੇ ਸਾਹਮਣੇ ਕਣਕ ਸੁਕਾਉਣ ਡਏ ਹਰ ਇੱਕ ਜ਼ਿਮੀਂਦਾਰ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਸੀ ਕਿ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਕਿ ਕਿਸਾਨ ਆਪਣੀ ਫਸਲ ਖੁਸ਼ੀ ਖੁਸ਼ੀ ਵੇਚ ਕੇ ਘਰ ਜਾ ਸਕਣ। ਸਕਾਈ ਨਿਊਜ਼ ਪੰਜਾਬ ਲਈ ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।